ਇਸੇ ਡੈਫਾਮੇਸ਼ਨ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੌਰਾਨ ਕਿਸੀ ਕਰਾ ਕੇ ਦਿਖਾਵਾਂਗੇ। ਇਹ ਜਿਹੜਾ ਬੁੱਢਾ ਦਰਿਆ ਹੁਣ ਬੁੱਢਾ ਨਾਲਾ ਬਣ ਚੁੱਕਿਆ, ਅਸਲ ਦੇ ਵਿੱਚ ਇਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣੀ ਹੋਈ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਨੇ। ਲੁਧਿਆਣਾ ਜ਼ਿਲ੍ਹਾ ਅਦਾਲਤ ਨੇ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਵਾਰੰਟ ਫਾਸਟਵੇ ਕੇਬਲ ਵੱਲੋਂ ਕੀਤੇ ਮਾਨਹਾਨੀ ਦੇ ਮਾਮਲੇ ਵਿੱਚ ਬੈਂਸ ਨੂੰ ਜਾਰੀ ਹੋਏ ਨੇ। ਇਸ ਸੰਬੰਧੀ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਕੇਬਲ ਮਾਫੀਆ ਦੇ ਖਿਲਾਫ ਆਪਣੀ ਜੰਗ ਬੰਦ ਨਹੀਂ ਕਰਨਗੇ ਅਤੇ ਉਹ ਇਸ ਸੰਬੰਧੀ ਬੇਲ ਦੀ ਅਪੀਲ ਕਰਨਗੇ। ਕੇਬਲ ਦੇ ਖਿਲਾਫ ਸਿਮਰਨਜੀਤ ਸਿੰਘ ਬੈਂਸ ਵੱਲੋਂ ਬੀਤੇ ਸਾਲ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਲੈ ਕੇ, ਉਹਨਾਂ ਤੇ ਹੋਏ ਮਾਨਹਾਨੀ ਦੇ ਮਾਮਲੇ ਨੂੰ ਲੈ ਕੇ ਹੁਣ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਉਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ, ਜਿਸ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਉਹ ਵਾਰੰਟਾਂ ਤੋਂ ਨਹੀਂ ਡਰਦੇ ਪਰ ਕੇਬਲ ਮਾਫੀਆ ਦੇ ਖਿਲਾਫ ਉਹ ਜੰਗ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਪਹਿਲਾਂ ਕੇਬਲ ਸਿਰਫ ਬਾਦਲਾਂ ਦੀ ਜੇਬ 'ਚ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੀ ਜੇਬ 'ਚ ਹੈ। ਬੈਂਸ ਨੇ ਕਿਹਾ ਕਿ ਉਹਨਾਂ ਨੇ ਮੈਡੀਕਲ ਸਿਹਤ ਦਾ ਹਵਾਲਾ ਦੇ ਕੇ ਆਪਣੀ ਬੇਲ ਲਈ ਅਪੀਲ ਕੀਤੀ ਸੀ ਪਰ ਉਹ ਬੇਲ ਅਦਾਲਤ ਨੇ ਰੱਦ ਕਰ ਦਿੱਤੀ, ਪਰ ਉਹ ਹੁਣ ਮੁੜ ਤੋਂ ਬੇਲ ਦੀ ਅਰਜ਼ੀ ਪਾਉਣਗੇ। ਜ਼ਿਕਰੇ ਖਾਸ ਹੈ ਕਿ ਇਸ ਮੌਕੇ ਉਹਨਾਂ ਬੁੱਢੇ ਨਾਲੇ ਨੂੰ ਲੈ ਕੇ ਨਗਰ ਨਿਗਮ ਅਤੇ ਸਰਕਾਰਾਂ ਤੇ ਮੁੜ ਤੋਂ ਹਮਲਾ ਬੋਲਿਆ ਅਤੇ ਕਿਹਾ ਕਿ ਬੁੱਢਾ ਨਾਲਾ ਸਿਰਫ ਚੋਣਾਂ ਵੇਲੇ ਵੱਡਾ ਮੁੱਦਾ ਹੁੰਦਾ ਹੈ। ਉਹਨਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਅਫਸਰਾਂ ਦੀ ਜੇਬ 'ਚ ਜਾਂਦਾ ਹੈ। ਬੈਂਸ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦੀ ਨੀਤ ਸਾਫ਼ ਹੁੰਦੀ ਤਾਂ ਉਹ ਸੀਚੇਵਾਲ ਵਾਲਾ ਫਾਰਮੂਲਾ ਅਪਣਾ ਕੇ ਬੁੱਢੇ ਨਾਲੇ ਦੀ ਸਫਾਈ ਹੁਣ ਤੱਕ ਕਰਵਾ ਚੁੱਕੇ ਹੁੰਦੇ। ਮੇਰੀ ਮੈਡੀਕਲ ਐਪਲੀਕੇਸ਼ਨ ਐਗਜ਼ੰਪਸ਼ਨ ਦੀ ਉਸ ਤਰੀਕ ਦੇ ਉੱਤੇ ਗਈ ਸੀ, ਠੀਕ ਨਹੀਂ ਸੀ। ਜੱਜ ਸਾਹਿਬ ਨੇ ਉਹ ਅਲਾਓ ਨਹੀਂ ਕੀਤੀ, ਜਿਹੜੀ ਮੇਰੀ ਬੇਲ ਸੀ ਉਹ ਰੱਦ ਕਰਤੀ। ਉਹਨਾਂ ਨੇ ਬੇਲ ਦੁਬਾਰਾ ਕਰਾਉਣਗੇ, ਨੋਨ ਅਵੇਲੇਬਲ ਵਾਰੰਟ ਹੈਗਾ। ਪਰ ਮੈਂ ਇੱਕ ਗੱਲ ਦੱਸਣੀ ਚਾਹੂੰਗਾ, ਹਜ਼ਾਰਾਂ ਕਰੋੜ ਰੁਪਈਆ ਫਾਸਟ ਵੇ ਨੇ ਟੈਕਸਾਂ ਦੀ ਚੋਰੀ ਕੀਤੀ ਹੈ, ਠੱਗੀ ਮਾਰੀ ਹੈ, ਬੇਈਮਾਨੀ ਕੀਤੀ ਹੈ। ਇਹ ਕੀ ਸਮਝਦਾ ਵੀ ਪਹਿਲਾਂ ਅਕਾਲੀ ਦਲ BJP ਸਰਕਾਰ ਵੇਲੇ ਕੇਵਲ ਮਾਫੀਆ ਬਣਾ ਲਿਆ, ਮੁੜ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਨਾਲ ਗਾਟੀ ਪਾ ਲਈ ਅਤੇ ਇਹ ਮੈਨੂੰ ਡਰਾ ਲੂਗਾ? ਇਹ ਕਦੇ ਹੋ ਹੀ ਨਹੀਂ ਸਕਦਾ। ਇਹ ਸਿਮਰਜੀਤ ਬੈਂਸ ਉਹ ਆ ਜਿਹੜਾ ਬਾਦਲਾਂ ਦੀਆਂ 13-13 ਝੂਠੀਆਂ ਪੁਲਿਸ ਦੀਆਂ FIR ਤੋਂ ਨਹੀਂ ਕਦੇ ਡਰਿਆ ਅਤੇ ਗੁਰਦੀਪ ਜੁਝਾਰ ਵਰਗੇ ਠੱਗ ਦੀ ਡੈਫਾਮੇਸ਼ਨ ਅਤੇ ਵਕੀਲ ਕੀ ਬੋਲਦਾ ਵੀ ਬੇਲ ਕੈਂਸਲ ਹੋ ਗਈ। ਜੱਜ ਨੇ ਬੜਾ ਸੀਰੀਅਸ ਇਸ਼ੂ ਸਮਝ ਕੇ, ਮੈਂ ਮੰਨਦਾ ਜੱਜ ਨੂੰ ਵੀ ਪ੍ਰੋਬਲਮ ਆ ਸਕਦੀ ਹੈ, ਸਰੀਰਕ ਤੌਰ 'ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਸਕਦੀ ਆ। ਮੈਡੀਕਲ ਭੇਜਿਆ, ਚਿੱਠੀ ਲਾਈ, ਜੱਜ ਸਾਹਿਬ ਨੇ ਨਹੀਂ ਮੰਨੀ, ਅਸੀਂ ਬੇਲ ਦੁਬਾਰਾ ਭਰ ਦਿਆਂਗੇ। ਪਰ ਮਤ ਸੋਚੇ ਫਾਸਟ ਵੇ ਦਾ ਜਿਹੜਾ ਪਹਿਲਾਂ ਬਾਦਲਾਂ ਦਾ ਗੁਰਗਾ ਸੀ ਅਤੇ ਹੁਣ ਕੈਪਟਨ ਦਾ ਗੁਰਗਾ ਬਣਿਆ ਹੋਇਆ, ਮਤ ਸੋਚੇ ਵੀ ਉਹਨੂੰ ਅਸੀਂ ਛੱਡ ਦਿਆਂਗੇ। ਉਹਦੇ ਜਿੰਨੇ ਕਾਲੇ ਕਾਰਨਾਮੇ, ਜਿੰਨੀਆਂ ਠੱਗੀਆਂ ਠੋਰੀਆਂ, ਸਾਡੇ ਕੋਲ ਇੱਕ ਇੱਕ ਸਬੂਤ ਅਤੇ ਪਰੂਫ ਹੈ। ਇਹੀ ਡੈਫਾਮੇਸ਼ਨ ਜਿਹੜੀ ਕੀਤੀ ਫਾਸਟ ਵੇ ਦੇ ਗੁਰਦੀਪ ਜੁਝਾਰ ਨੇ, ਇਸੇ ਡੈਫਾਮੇਸ਼ਨ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੌਰਾਨ ਕਿਸੀ ਕਰਾ ਕੇ ਦਿਖਾਵਾਂਗੇ। ਲੁਧਿਆਣਾ ਤੋਂ ਜਸਵੀਰ ਜੱਸੀ, ਜੀਵੇ ਪੰਜਾਬ TV।